ਸ੍ਰੀਕਾਲ ਜੀ, ਗੁਰਪ੍ਰੀਤ ਘੁੱਗੀ ਜੀ ਦੀ ਮੂਵੀ ਸਨ ਆਫ ਮਨਜੀਤ ਸਿੰਘ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਗੁਰਪ੍ਰੀਤ ਘੁੱਗੀ ਜੀ ਦੀ ਐਜ਼ ਲੀਡ ਰੋਲ ਇਹ ਦੂਜੀ ਮੂਵੀ ਹੈ। ਇਸ ਤੋਂ ਪਹਿਲਾਂ ਉਹ ਅਰਦਾਸ ਮੂਵੀ ਦੇ ਵਿੱਚ ਆਪਦਾ ਇੱਕ ਇੰਪੋਰਟੈਂਟ ਰੋਲ ਪਲੇ ਕਰ ਚੁੱਕੇ ਹਨ। ਹੁਣ ਆਪ ਜੀ ਦਾ ਕੀਮਤੀ ਸਮਾਂ ਨਾ ਖਰਾਬ ਕਰਦੇ ਹੋਏ ਇਸ ਟ੍ਰੇਲਰ ਦਾ ਬ੍ਰੇਕਡਾਊਨ ਕਰਦੇ ਹਾਂ। ਇਸ ਟ੍ਰੇਲਰ ਦੀ ਸ਼ੁਰੂਆਤ ਗੁਰਪ੍ਰੀਤ ਘੁੱਗੀ ਜੀ ਜੋ ਮਨਜੀਤ ਸਿੰਘ ਦਾ ਰੋਲ ਪਲੇ ਕਰ ਰਹੇ ਹਨ, ਆਪਾਂ ਨੂੰ ਉਹਨਾਂ ਦੇ ਸਕੂਟਰ ਅਤੇ ਉਹਨਾਂ ਦੇ ਬੇਟੇ ਜੇਵੀ ਨਾਲ ਇੰਟਰੋਡਿਊਸ ਕਰਵਾਇਆ ਜਾਂਦਾ ਹੈ, ਜਿੱਥੇ ਜੇਵੀ ਦੀ ਰੁਚੀ ਖੇਡਾਂ ਦੇ ਵਿੱਚ ਹੁੰਦੀ ਹੈ ਪਰ ਸਕੂਲ ਸਟਾਫ ਅਤੇ ਮਨਜੀਤ ਸਿੰਘ ਜੀ ਉਹ 'ਤੇ ਪ੍ਰੈਸ਼ਰ ਡਾਲਦੇ ਹਨ ਅਤੇ ਉਹਨੂੰ ਉਸ ਦੀ ਰੁਚੀ ਦੇ ਖਿਲਾਫ ਇਨਵੈਸਟਮੈਂਟ ਬੈਂਕਰ ਬਣਾਉਣਾ ਚਾਹੁੰਦੇ ਹਨ। ਡਿਸਾਈਡ ਕਰ ਲਿਆ ਸਾਡਾ ਜੇਵੀ ਬਣੇਗਾ ਇਨਵੈਸਟਮੈਂਟ ਬੈਂਕਰ। ਮੂਵੀ ਦੇ ਵਿੱਚ ਜੇਵੀ ਦਾ ਰੋਲ ਦਮਨਪ੍ਰੀਤ ਸਿੰਘ ਪਲੇ ਕਰ ਰਿਹਾ ਹੈ। ਓ ਪਾਪਾ, ਕੱਲ ਤੱਕ ਤਾਂ ਮੈਂ ਮਰਚੰਡ ਨੇ ਵਿੱਚ ਸੀਗਾ। ਨਾ ਪੁੱਤ, ਸਾਰਾ ਕੁਝ ਹੀ ਭੁੱਲ ਜਾ, ਹੁਣ ਨਾ ਤੂੰ ਬਸ ਮੈਥਸ 'ਤੇ ਜ਼ੋਰ ਦੇਣਾ। ਡੈਡੀ, ਮੈਂ ਕਹਿੰਦਾ ਕਿ ਆਪਾਂ ਹਫ਼ਤਾ ਕੁ ਠਹਿਰ ਕੇ ਜ਼ੋਰ ਦੇ ਲੈਂਦੇ ਆ। ਕਿਉਂ ਨਿੱਕੀ ਪੁੱਤ, ਉਦੋਂ ਨੂੰ ਮੈਂ ਜੱਜ ਬਣਨਾ ਹੋਵੇ। ਟ੍ਰੇਲਰ ਦੇ ਅੱਗੇ ਦੇ ਸ਼ੋਟ 'ਚ ਆਪਾਂ ਦੇਖਦੇ ਹਾਂ ਕਿ ਉਹਦੀ ਰੁਚੀ ਪੜ੍ਹਾਈ ਨੂੰ ਛੱਡ ਕੇ ਕ੍ਰਿਕਟ ਵਿੱਚ ਹੁੰਦੀ ਹੈ ਤੇ ਉਹ ਇੱਕ ਕ੍ਰਿਕਟਰ ਬਣਨਾ ਚਾਹੁੰਦਾ ਹੈ। ਛੱਡ ਪੜ੍ਹਾਈ ਦੇ ਜ਼ੋਰ ਤੇ, ਆ ਜਿਹੜੇ ਭੱਜੀ ਤੋਂ ਨਹੀਂ ਪੜ੍ਹਦਾ ਨਾ, ਇਹਨਾਂ 'ਚੋਂ ਕਿਸੇ ਨੇ BA ਨਹੀਂ ਪਾਸ ਕੀਤੀ। ਹਰ ਇਹਨਾਂ ਦੇ ਡਰਾਈਵਰ ਸਾਰੇ MA ਪਾਸ ਨੇ। ਅਸਮਾਨਾ ਇਸ ਤੋਂ ਅਗਲੇ ਸ਼ੋਟ ਦੇ ਵਿੱਚ ਆਪਾਂ ਨੂੰ ਕਰਮਜੀਤ ਅਨਮੋਲ ਜੀ ਵੇਖਣ ਨੂੰ ਮਿਲਦੇ ਹਨ ਜੋ ਕਿ ਮੂਵੀ 'ਚ ਮਨਜੀਤ ਸਿੰਘ ਜੀ ਦੇ ਸਾਥੀ ਵਰਕਰ ਦਾ ਰੋਲ ਪਲੇ ਕਰ ਰਹੇ ਹਨ ਤੇ ਉਹ ਵੀ ਆਪਾਂ ਨੂੰ ਟ੍ਰੇਲਰ ਦੇ ਵਿੱਚ ਆਪਦੇ ਮੁੰਡੇ ਦੀ ਰੁਚੀ ਦੱਸਦੇ ਹਨ। ਯਾਰ, ਮੈਂ ਤੇ ਮੁੰਡੇ ਨੇ ਜਾਨ ਸਕਾਈ ਪਈ ਹੈ ਯਾਰ। ਇਹੀ ਮੇਰੇ ਵਾਲੇ ਸੰਗੀਤ ਸਮਰਾਟ ਦਾ ਹਾਲ ਹੈ, ਕਹਿੰਦਾ ਕਿ ਮੈਂ ਤਬਲਾ ਵਜਾਉਣਾ ਸਿੱਖਣਾ ਹੈ। ਇਹੋ ਜਿਹਾ ਭਰਿੰਡਾ ਵਾਂਗੂ ਚਮੇੜਿਆ ਨੂੰ ਇਹ ਵੀ ਭੁੱਲ ਗਿਆ ਹੁਣ ਤਬਲਾ ਗੋਲ ਹੁੰਦਾ ਕਿ ਚੌਰ ਸਰ। ਉਸ ਤੋਂ ਬਾਅਦ ਆਪਾਂ ਨੂੰ ਅਗਲੇ ਸ਼ੋਟ ਦੇ ਵਿੱਚ BN ਸ਼ਰਮਾ ਜੀ ਵੇਖਣ ਨੂੰ ਮਿਲਦੇ ਹਨ ਜੋ ਕਿ ਮੂਵੀ ਦੇ ਵਿੱਚ ਇੱਕ ਰਿਚ ਮੈਨ ਦਾ ਰੋਲ ਪਲੇ ਕਰ ਰਹੇ ਹਨ। ਬਾਕੀ ਸਾਹਿਬ, 10,000 ਦੀ ਹੋਰ ਲੋੜ ਪੈ ਗਈ ਸੀ। ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ। ਉਸ ਤੋਂ ਬਾਅਦ ਆਪਾਂ ਨੂੰ ਟ੍ਰੇਲਰ ਦੇ ਵਿੱਚ ਕੁਝ ਸੀਰੀਅਸ ਸ਼ੋਟ ਵੇਖਣ ਨੂੰ ਮਿਲਦੇ ਹਨ ਜਿੱਥੇ ਜੇਵੀ ਦੇ ਪਾਪਾ ਉਸ ਦਾ ਫੇਵਰੇਟ ਬੈਟ ਤੋੜ ਦਿੰਦੇ ਹਨ। ਚਿੜੀਆਂ ਮਾਰਨੀਆਂ ਸੀ, ਹੁਣ ਤੂੰ ਪੜਾਈ ਜੀ ਸੈਂਚਰੀਆਂ ਮਾਰੇਗਾ, ਪਿੱਛੇ ਜਾ। ਉਸ ਤੋਂ ਬਾਅਦ ਜੇਵੀ ਕ੍ਰਿਕਟ ਛੱਡ ਕੇ ਪੜ੍ਹਦਾ ਹੈ ਪਰ ਫਿਰ ਵੀ ਉਹ 40% ਹੀ ਨੰਬਰ ਲੈ ਪਾਉਂਦਾ ਹੈ ਜਿਸ ਦੇ ਕਾਰਨ ਉਸ ਦੇ ਪਾਪਾ ਉਸ ਤੇ ਬਹੁਤ ਜ਼ਿਆਦਾ ਨਾਰਾਜ਼ ਹੁੰਦੇ ਹਨ। ਉਹ ਤੇਰੇ ਨਾਲੋਂ ਜਾਨਵਰ ਚੰਗੇ ਹੁੰਦੇ ਨੇ, ਸਮਝਾਈਏ ਸਮਝ ਜਾਂਦੇ, ਸਿਖਾਈਏ ਸਿੱਖ ਜਾਂਦੇ। ਉਸ ਤੋਂ ਬਾਅਦ ਆਪਾਂ ਨੂੰ ਟ੍ਰੇਲਰ ਦੇ ਵਿੱਚ ਮਲਕੀਤ ਰੋਨੀ ਜੀ ਵੇਖਣ ਨੂੰ ਮਿਲਦੇ ਹਨ ਤੇ ਇੱਥੇ ਮੋਸਟ ਪ੍ਰੋਬੇਬਲੀ ਮਲਕੀਤ ਰੋਨੀ ਜੀ ਦੇ ਬੇਟੇ ਨੇ ਸੁਸਾਈਡ ਕਰ ਲਿਆ ਹੈ ਕਿਉਂਕਿ ਉਹ ਵੀ ਜੇਵੀ ਦੇ ਵਾਂਗ ਇੱਕ ਕ੍ਰਿਕਟਰ ਬਣਨਾ ਚਾਹੁੰਦਾ ਹੋਣਾ ਹਨ ਪਰ ਸਕੂਲ ਸਟਾਫ ਦੇ ਪ੍ਰੈਸ਼ਰ ਦੇ ਕਾਰਨ ਉਹਨੇ ਸੁਸਾਈਡ ਕਰ ਲਿਆ, ਜਿਹਦੀ ਕਨਫਰਮੇਸ਼ਨ ਆਪਾਂ ਨੂੰ ਇਸ ਅਗਲੇ ਸ਼ੋਟ ਤੋਂ ਮਿਲਦੀ ਹੈ ਜਿੱਥੇ ਮਨਜੀਤ ਸਿੰਘ ਜੀ ਸਕੂਲ ਸਟਾਫ ਦੇ ਵਿਰੁੱਧ ਖੜ੍ਹੇ ਹੁੰਦੇ ਹਨ। ਟ੍ਰੇਲਰ ਦੇ ਅਗਲੇ ਸ਼ੋਟ ਨੂੰ ਵੇਖ ਕੇ ਲੱਗਦਾ ਹੈ ਕਿ ਮਨਜੀਤ ਸਿੰਘ ਜੀ ਦਾ ਬੇਟਾ ਜੇਵੀ ਜਾਂ ਤਾਂ ਘਰ ਛੱਡ ਕੇ ਚਲਾ ਗਿਆ ਜਾਂ ਉਹਨੇ ਵੀ ਸੁਸਾਈਡ ਕਰ ਲਿਆ। ਇਸ ਤੋਂ ਬਾਅਦ ਆਪਾਂ ਨੂੰ ਟ੍ਰੇਲਰ ਦੇ ਵਿੱਚ ਇੱਕ ਇਮੋਸ਼ਨਲ ਸੀਨ ਵੇਖਣ ਨੂੰ ਮਿਲਦਾ ਹੈ ਜਿੱਥੇ ਮਨਜੀਤ ਸਿੰਘ ਜੀ ਆਪਦੇ ਬੇਟੇ ਦਾ ਮਾਈ ਬੈਸਟ ਫਰੈਂਡ ਦਾ ਐਸੇ ਪੜ੍ਹ ਰਹੇ ਹੁੰਦੇ ਹਨ। ਆਈ ਆਲਸੋ ਹੈਵ ਕਾਫੀ ਫਰੈਂਡਸ ਬਟ ਪਾਪਾ ਇਜ਼ ਮਾਈ ਬੈਸਟ ਫਰੈਂਡ। ਆਈ ਆਲਵੇਸ ਡਿਮਾਂਡ ਇਨ ਫਰੰਟ ਆਫ ਗੋਡ ਜੀ, ਆਲਵੇਸ ਕੀਪ ਮਾਈ ਫਰੈਂਡ ਲਾਫਿੰਗ ਐਂਡ ਸਮਾਈਲਿੰਗ। ਮਾਈ ਪਾਪਾ ਬੱਲੇ ਬੱਲੇ, ਸਭ ਦੇ ਪਾਪਾ ਥੱਲੇ ਥੱਲੇ। ਇਸ ਦੇ ਇਲਾਵਾ ਮੂਵੀ ਦੇ ਵਿੱਚ ਜੇਵੀ ਦੀ ਮਦਰ ਦਾ ਰੋਲ ਮੋਸਟ ਪ੍ਰੋਬੇਬਲੀ ਜਪਜੀ ਖੇਰਾ ਜੀ ਪਲੇ ਕਰ ਰਹੇ ਹਨ। ਟ੍ਰੇਲਰ ਦੇ ਇਸ ਸ਼ੋਟ ਦੇ ਵਿੱਚ ਆਪਾਂ ਨੂੰ ਜੇਵੀ ਦੇ ਕੋਚ ਦੇ ਰੂਪ 'ਚ ਦੀਪ ਮਨਦੀਪ ਸਿੰਘ ਜੀ ਵੀ ਵੇਖਣ ਨੂੰ ਮਿਲਦੇ ਹਨ। ਇਸ ਦੇ ਇਲਾਵਾ ਆਪਾਂ ਨੂੰ ਇੱਕ ਸ਼ੋਟ ਦੇ ਵਿੱਚ ਹਰਬੀ ਸੰਘਾ ਜੀ ਵੀ ਆਪਦਾ ਇੱਕ ਡਿਫਰੈਂਟ ਰੋਲ ਪਲੇ ਕਰਦੇ ਹੋਏ ਵੇਖਦੇ ਹਨ। ਜੇ ਗੱਲ ਕੀਤੀ ਜਾਵੇ ਇਸ ਮੂਵੀ ਦੇ ਸ਼ਾਨਦਾਰ ਡਾਇਰੈਕਸ਼ਨ ਦੀ ਤਾਂ ਮੂਵੀ ਨੂੰ ਵਿਕਰਮ ਗਰੋਵਰ ਜੀ ਡਾਇਰੈਕਟ ਕਰ ਰਹੇ ਹਨ। ਇਸ ਸਭ ਦੇ ਇਲਾਵਾ ਇਹ ਮੂਵੀ ਨੂੰ ਸਮਿਤ ਸਿੰਘ ਅਤੇ ਕਮੇਡੀਅਨ ਕਪਿਲ ਸ਼ਰਮਾ ਨੇ ਪ੍ਰੋਡਿਊਸ ਕੀਤਾ ਹੈ। ਵੈਲ ਜੀ, ਆਉਣ ਵਾਲੇ 12 ਅਕਤੂਬਰ ਨੂੰ ਆਪਾਂ ਨੂੰ ਬੱਚਿਆਂ ਦੇ ਡ੍ਰੀਮ ਤੋਂ ਸੰਬੰਧਿਤ ਇੱਕ ਅਨੋਖੀ ਡਾਇਰੈਕਸ਼ਨ ਦੀ ਮੂਵੀ ਵੇਖਣ ਨੂੰ ਮਿਲੇਗੀ। ਇਸ ਦੇ ਇਲਾਵਾ ਜੇ ਸਾਥੋਂ ਇਸ ਟ੍ਰੇਲਰ ਬ੍ਰੇਕਡਾਊਨ ਦੇ ਵਿੱਚ ਕੋਈ ਗਲਤੀ ਜਾਂ ਡਿਟੇਲ ਮਿਸ ਹੋ ਗਈ ਤਾਂ ਤੁਸੀਂ ਉਹਦੀ ਜਾਣਕਾਰੀ ਥੱਲੇ ਕਮੈਂਟ ਕਰਕੇ ਜ਼ਰੂਰ ਦਿਓ। ਇਸ ਦੇ ਇਲਾਵਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਇਹੋ ਜਿਹੀ ਹੋਰ ਇੰਟਰਸਟਿੰਗ ਵੀਡੀਓ ਲਈ 12 ਬੇਟੀ ਪ੍ਰੋਡਕਸ਼ਨ ਦੇ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਧੰਨਵਾਦ ਜੀ।